ਹੇ ਦੋਸਤੋ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਹਾਂਜੀ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਚੱਲੀ ਗਿਆ ਕਿ ਜਿਹੜੀ ਪੰਜਾਬ ਪੁਲਿਸ ਸਬ ਇੰਸਪੈਕਟਰ ਤੇ ਕਨਸਟੇਬਲ ਦੀ ਭਰਤੀ ਹੈ ਉਹ ਬਹੁਤ ਜਲਦ ਸਟਾਰਟ ਹੋਣ ਵਾਲੀ ਆ ਫਾਰਮ ਪਰ ਨੇ ਬਹੁਤ ਜਲਦ ਸਟਾਰਟ ਹੋਣ ਵਾਲੇ ਨੇ ਤੇ ਦੋਸਤੋ ਉਦੋਂ ਪਹਿਲਾਂ ਬਹੁਤ ਸਾਰੇ ਬੱਚਿਆਂ ਦੀਆਂ ਕੁਇਰੀ ਸਾਨੂੰ ਲਗਾਤਾਰ ਆ ਜਿਹੜੀਆਂ ਕਮੈਂਟ ਸੈਕਸ਼ਨ ਦੇ ਜ਼ਰੀਏ ਵੀ ਤੇ ਇੰਸਟਾਗ੍ਰam ਦੇ ਜ਼ਰੀਏ ਆ ਰਹੀਆਂ ਨੇ ਸੋ ਉਹ ਸਾਰੀ ਕੁਇਰੀਜ਼ ਆਪਾਂ ਦੂਰ ਕਰਨ ਲੱਗੇ ਆ ਜਿਹੜਾ ਦੋਸਤੋ ਇਸ ਵਾਰ ਪੈਟਰਨ ਚੇਂਜ ਹੋਇਆ ਪੈਟਰਨ ਚੇਂਜ ਦੇ ਆਪਾਂ ਗੱਲ ਕਰਾਂਗੇ ਕਿਉਂਕਿ ਕਾਫੀ ਬੱਚਿਆਂ ਨੂੰ ਇਹ ਦਿੱਕਤ ਆ ਕੀ ਉਹਨਾਂ ਨੂੰ ਜਿਹੜਾ ਕਿਹੜੇ ਕਿਸ ਤਰ੍ਹਾਂ ਦੇ ਪੇਪਰ ਦੀ ਉਹ ਤਿਆਰੀ ਕਰਨਾ ਠੀਕ ਹੈ ਸੋ ਆਪਾਂ ਤੁਹਾਨੂੰ ਡਾਇਰੈਕਟ ਉਸ ਹੀ ਨੋਟੀਫਿਕੇਸ਼ਨ ਤੇ ਲੈ ਚੱਲਦੇ ਆਂ ਪੇਪਰ ਵਾਲੇ ਦੇ ਠੀਕ ਹੈ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਪੇਪਰ ਦੇ ਲਈ ਇਹਨਾਂ ਨੇ ਇੱਕ ਗ੍ਰੈਜੂਏਸ਼ਨ ਮੰਗੀ ਹੈ ਤੁਹਾਡੇ ਕੋਲ ਕੋਈ ਵੀ ਗ੍ਰੈਜੂਏਸ਼ਨ ਦੀ ਜਿਹੜੀ ਹੈ ਡਿਗਰੀ ਹੋਵੇ ਠੀਕ ਹੈ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੈ ਸਾਫ਼-ਸਾਫ਼ ਅਤੇ ਆਪਾਂ ਅੱਗੇ ਚੱਲਦੇ ਆਂ ਇੱਥੇ ਆ ਜੰਨੇ ਆਪਾਂ ਠੀਕ ਹੈ ਥੋੜਾ ਜ਼ੂਮ ਕਰ ਲੈਨੇ ਅਗਰ ਨਹੀਂ ਤੁਹਾਨੂੰ ਕਲੀਅਰ ਨਜ਼ਰ ਆ ਰਿਹਾ ਤਾਂ ਦੋਸਤੋ ਗੱਲ ਕਰੀਏ ਸਿਲੈਕਸ਼ਨ ਪ੍ਰੋਸੈਸ ਦੀ ਇਹਦੇ ਵਿੱਚ ਦੋਸਤ ਤਿੰਨ ਸਟੇਜ ਆਪਾਂ ਤੁਹਾਨੂੰ ਸਾਰੀਆਂ ਸਟੇਜਾਂ ਬਾਰੇ ਜਾਣਕਾਰੀ ਦੇਣੀ ਆ ਪਹਿਲੀ ਸਟੇਜ ਪਹਿਲੀ ਸਟੇਜ ਦੇ ਵਿੱਚ ਕੀ ਹੋਊਗਾ ਜੀ ਤਿੰਨ ਪੇਪਰ ਹੋਣਗੇ ਤਿੰਨ ਪੇਪਰ ਹੋਣਗੇ ਤੈਨੂੰ ਹੁਣ ਤੁਸੀਂ ਕਹੋਗੇ ਤਿੰਨ ਕਿਹੜੇ-ਕਿਹੜੇ ਪੇਪਰ ਆਗੇ ਜੀ ਦੇਖੋ ਜੀ ਪਹਿਲਾ ਪੇਪਰ ਤਾਂ ਹੈਗਾ ਪਹਿਲੇ ਦੋ ਪੇਪਰ ਤਾਂ ਉਹੀ ਹੋਣਗੇ ਜਿਹੜੇ ਪਹਿਲਾਂ ਹੈਗੇ ਸੀ ਤੁਹਾਡੇ 4 400 ਨੰਬਰ ਦੇ ਠੀਕ ਹੈ ਜਾਨੀ ਕਿ ਕੁੱਲ 800 ਨੰਬਰ ਦਾ ਪੇਪਰ ਹੋਊਗਾ ਸਬ ਇੰਸਪੈਕਟਰ ਦਾ ਠੀਕ ਹੈ ਹੁਣ ਜਿਹੜਾ ਤੀਜਾ ਪੇਪਰ ਆ ਜੀ ਤੀਜਾ ਪੇਪਰ ਹੈਗਾ ਦੋਸਤੋ ਪੰਜਾਬੀ ਭਾਸ਼ਾ ਦਾ ਜਾਨੀ ਕਿ ਇਸ ਵਾਰ ਮਾਰ ਸਰਕਾਰ ਨੇ ਕਰਤਾ ਕਿ ਇੱਕ ਜਿਹੜਾ ਪੰਜਾਬੀ ਭਾਸ਼ਾ ਦਾ ਪੇਪਰ ਰੱਖਿਆ ਗਿਆ ਉਹਦੇ ਵਿੱਚ ਤੁਹਾਨੂੰ ਘੱਟੋ-ਘੱਟ ਪਾਸਿੰਗ ਮਾਰਕਸ ਚਾਹੀਦੇ ਹੋਣਗੇ 50% ਮਤਲਬ ਉਹਨੂੰ ਉਹ ਜਸਟ ਤੁਸੀਂ ਪਾਸ ਕਰਨਾ ਹੋਊਗਾ ਉਹਦੀ ਮੈਰਿਟ ਨਹੀਂ ਚੜਦੀ ਹੈਗੀ ਮੈਰਿਟ ਕਿਹੜੇ-ਕਿਹੜੇ ਦੀ ਚੜੂਗੀ ਪਹਿਲੇ ਤੇ ਦੂਜੇ ਦੀ ਠੀਕ ਹੈ ਜੀ ਤੇ ਜਿਹੜਾ ਤੀਜਾ ਪੇਪਰ ਹੋਊਗਾ ਇਹ ਤੁਸੀਂ ਜਸਟ ਕੁਆਲੀਫਾਈ ਕਰਨਾ ਹੋਊਗਾ ਮਤਲਬ ਪਾਸ-ਪਾਸ ਕਰਨਾ ਹੋਊਗਾ ਮੈਰਿਟ ਇਹਦੇ ਤੇ ਇਹਦੀ ਚੜੂਗੀ ਠੀਕ ਹੈ ਜੀ ਇਹ ਸਾਰਾ ਕੁਝ ਜਿਹੜਾ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੋਇਆ ਠੀਕ ਹੈ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਇਹ ਪੇਪਰਾਂ ਦੀ ਠੀਕ ਹੈ ਜਿਵੇਂ ਮ 4 400 ਨੰਬਰ ਦੇ ਪੇਪਰ ਹੋਣਗੇ ਇਹ ਠੀਕ ਹੈ ਤੇ ਤੀਜਾ ਪੇਪਰ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ 50% ਲੈਣੇ ਤੁਸੀਂ ਜ਼ਰੂਰੀ ਨੇ ਕੁਆਲੀਫਾਈ ਕਰਨ ਦੇ ਲਈ ਠੀਕ ਹੈ ਉਹ ਪੇਪਰ ਕਿਸ ਤਰ੍ਹਾਂ ਦਾ ਹੋਊਗਾ ਪੰਜਾਬੀ ਭਾਸ਼ਾ ਦੇ ਆਧਾਰਤ ਹੋਊਗਾ ਪੰਜਾਬ ਸਬੰਧੀ ਜਾਂ ਪੰਜਾਬੀਅਤ ਸਬੰਧੀ ਉਹਦੇ ਵਿੱਚ ਸਾਰੇ ਕੁਐਸਚਨ ਹੋਣਗੇ ਗ੍ਰਾਮਰ ਪਰਤੀ ਉਹ ਤੁਸੀਂ ਕਲੀਅਰ ਕਰਨੇ ਹੋਣਗੇ ਠੀਕ ਹੈ ਜੀ ਬਾਕੀ ਦੋਸਤੋ ਸਿਲੇਬਸ ਆ ਜਿਹੜਾ ਉਹ ਸਾਰਾ ਤਕਰੀਬਨ ਸੇਮ ਹੀ ਆ ਤੁਸੀਂ ਚੈੱਕ ਕਰ ਲਿਓ ਤੇ ਇੱਕ ਗੱਲ ਹੋਰ ਦੋਸਤੋ ਕਈ ਬੱਚੇ ਕਹਿ ਰਹੇ ਕਿ ਸਰ ਮੈਂ ਪੜ ਸਕਦਾ ਕਿ ਨਹੀਂ ਪੜ ਸਕਦਾ ਇਹ ਪੋਸਟ ਇਹ ਤੁਹਾਡੇ ਦਿਮਾਗ ਵਿੱਚ ਵੀ ਹੁੰਦਾ ਹੋਊਗਾ ਬੱਚੇ ਕਹਿ ਰਹੇ ਨੇ ਕਿ ਸਰ ਮੈਂ ਹਜੇ ਡਿਗਰੀ ਕਰ ਰਿਹਾ ਮੇਰਾ ਲਾਸਟ ਸਮੈਸਟਰ ਆ ਸੋ ਭਰਾਓ ਸਿੱਧੀ ਜੀ ਗੱਲ ਹੈ ਜੇ ਦਾ ਤੁਹਾਡੇ ਕੋਲ ਡੱਕੂ ਡਿਗਰੀ ਇਸ ਟਾਈਮ ਹੈਗੀ ਆ ਠੀਕ ਆ 1 ਜਨਵਰੀ 1 ਜਨਵਰੀ 2023 2023 ਆਹਾਂ ਡੇਟ ਤੱਕ ਜੇ ਦਾ ਤੁਸੀਂ ਮਤਲਬ ਤੁਹਾਡੇ ਕੋਲ ਡਿਗਰੀ ਹੈਗੀ ਆ ਫਿਰ ਤੁਸੀਂ ਪੜ ਸਕਦੇ ਹੋ ਜੇ ਤੁਸੀਂ ਪਰਸੋਂ ਇੰਕ ਕਰ ਰਹੇ ਹੋ ਫਿਰ ਤੁਸੀਂ ਪਰ ਨਹੀਂ ਸਕਦੇ ਠੀਕ ਹੈ ਜੀ ਸੋ ਇਹ ਇਹਦੀਆਂ ਸ਼ਰਤਾਂ ਨੇ ਇਹਨਾਂ ਲਿਖਿਆ ਹੋਇਆ ਤੇ 네ਗੇਟਿਵ ਮਾਰਕੀਆਂ ਦੇ ਵਿੱਚ ਹੋਣੀ ਹੀ ਹੋਣੀ ਆ ਬਾਕੀ ਦੋਸਤੋ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ ਕਿਸੇ ਦੀ ਵੀ ਕੋਈ ਕੁਇਰੀ ਹੁੰਦੀ ਆ ਸਾਨੂੰ ਤੁਸੀਂ ਦੱਸ ਸਕਦੇ ਹੋ ਤੇ ਇੰਸਟਾਗ੍ਰam ਤੇ ਤੇ ਸਾਨੂੰ ਤੁਸੀਂ ਸਾਡੇ ਨਾਲ ਮੈਸੇਜ ਦੇ ਜ਼ਰੀਏ ਰਾਬਤਾ ਵੀ ਕਰ ਸਕਦੇ ਹੋ ਤੇ ਦੋਸਤੋ ਪੋਸਟ ਆਈਆਂ ਹੋਈਆਂ ਨੇ ਦੋ ਤਿੰਨ ਪੋਸਟਾਂ ਮੈਂ ਇੰਸਟਾਗ੍ਰam ਤੇ ਪਾਉਂਦਾ ਰਹਿਣਾ ਕਿ ਜਿਹੜੇ ਪੀਰ ਪ੍ਰਵਾਹ ਨੇ ਪ੍ਰਵਾਹਣੀ ਹੁੰਦੀ ਆ ਤਾਂ ਇੰਸਟਾਗ੍ਰam ਤੇ ਸਾਨੂੰ ਡੀਐਮ ਕਰਕੇ ਨਾ ਅਬ ਜੀ ਡਾਕੂਮੈਂਟ ਉਹ ਵਗੈਰਾ ਉੱਥੇ ਸਾਨੂੰ ਭੇਜ ਦਿਓ ਤੁਸੀਂ ਅਸੀਂ ਤੁਹਾਡੀ ਪੋਸਟ ਭਰ ਦਾਂਗੇ ਪੋਸਟਾਂ ਕਾਫੀ ਨਿਕਲੀਆਂ ਹੋਈਆਂ ਨੇ ਠੀਕ ਹੈ ਇਹ ਉਪਰਾਲਾ ਕੀਤਾ ਕਿ ਕੈਂਡੀਡੇਟ ਵੀਰਾਂ ਭਰਾਵਾਂ ਲਈ ਅਸੀਂ ਕਿਉਂਕਿ ਜਿਹੜੀਆਂ ਭੈਣਾਂ ਨੇ ਉਹ ਪਿੰਡਾਂ ਤੋਂ ਦੂਰ ਸ਼ੌਕ ਤੇ ਨਹੀਂ ਜਾ ਸਕਦੀਆਂ ਵੈਸੇ ਤਾਂ ਹਰੇਕ ਲਵੇ ਕੰਪਿਊਟਰ ਹੈਗੇ ਨੇ ਬਟ ਫਿਰ ਵੀ ਕਈ ਬੱਚੇ ਨੂੰ ਨਹੀਂ ਹੁੰਦੀ ਜਾਣਕਾਰੀ ਸੋ ਸੋਸ਼ਲੀ ਅਸੀਂ ਉਪਰਾਲਾ ਕੀਤਾ ਕਿ ਬੱਚਿਆਂ ਦੇ ਜਿਹੜੇ ਅਸੀਂ ਫਾਰਮ ਇੱਥੇ ਭਰ ਦਿੰਨੇ ਆ ਠੀਕ ਹੈ ਜੀ ਸੋ ਬਾਕੀ ਦੋਸਤੋ ਕਮੈਂਟ ਸੈਕਸ਼ਨ ਦੇ ਜ਼ਰੀਏ ਆਪਣੀ ਜਿਹੜੀ ਐ ਕੁਇਰੀ ਜ਼ਰੂਰ ਸਾਂਝੀ ਕਰਿਓ ਸਤਿ ਸ੍ਰੀ ਅਕਾਲ ਧੰਨਵਾ